ਮੇਰਾ ਕੁਲਦੀਪ ਕੌਰ ਕਪੂਰ, ਮੈਂ ਦਿੱਲੀ ਤੋਂ ਆਈ ਹਾਂ। ਅੱਜ ਦਰਬਾਰ ਸਾਹਿਬ ਆਏ ਜੀ, ਗੁਰੂ ਅਮਰਦਾਸ ਜੀ ਦਾ ਗੁਰਪੁਰਬ ਵੀ ਹੈ, ਆਤਿਸ਼ਬਾਜ਼ੀ ਹੋਈ, ਦੇਖਿਆ ਕਿਸ ਤਰੀਕੇ ਲੱਗਾ? ਬਹੁਤ ਹੀ ਸੁੰਦਰ ਸੀਗਾ, ਅਸੀਂ ਉਹਨੂੰ ਲੈ ਹੀ ਨਹੀਂ ਪਾਏ, ਇਤਨੀ ਮਤਲਬ ਕਿ ਦਾਤਾ ਦੀ ਇਹ ਖੁਸ਼ੀਆਂ ਸੀ ਸਾਡੇ ਲਈ ਕਿ ਅਸੀਂ ਅੱਜ ਆਏ ਇਸ ਦਿਨ 'ਤੇ ਔਰ ਦੇਖਿਆ ਸਭ ਕੁਛ, ਇਹ ਅਸੀਂ ਪਹਿਲੇ ਕਦੀ ਨਹੀਂ ਦੇਖਿਆ ਸੀ, ਅੱਜ ਹੀ ਸਭ ਇਹ ਨਜ਼ਾਰਾ ਦੇਖਿਆ ਹੈਗਾ। ਤੇ ਅਸੀਂ ਤੇ ਬਾਬਾ ਜੀ ਦੇ ਸ਼ੁਕਰਗੁਜ਼ਾਰ ਹੈਗੇ ਕਿ ਸਾਨੂੰ ਇਹ ਦਿਨ ਦੇਖਣੇ ਨੂੰ ਮਿਲਿਆ ਹੈਗਾ। ਖਾਸ ਅੱਜ ਦੇ ਦਿਨ ਆਏ ਸੀ ਜਾਂ ਅਚਾਨਕ ਹੀ? ਅਚਾਨਕ ਆਏ ਸੀ। ਮੈਂ ਤੇ ਬੁਲਾਇਆ ਸੀ ਤਾਂ ਹੀ ਆਏ ਸੀ। ਮੈਂ ਤੇ ਸੋਚਦੀ ਆ ਕਿ ਸਾਡੇ ਭਾਗੇ ਛਿੜਖਿਆ ਸੀ ਤਾਂ ਕਰਕੇ ਅਸੀਂ ਆਇਆ, ਔਰ ਇਹ ਆਨੰਦ ਅਸੀਂ ਜਿਹੜਾ ਕਦੀ ਨਹੀਂ ਲੈ ਸਕੇ ਉਹ ਅਸੀਂ ਲਿੱਤਾ ਅੱਜ ਆਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪਿਆਰੇ ਖਾਲਸਾ ਜੀ, ਅਰਦਾਸ ਭਾਈ ਸੁਖਮੀਤ ਸਿੰਘ ਜੀ ਅਰਦਾਸ ਦਾ ਨਾਮ ਅਜੇ, ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪਿਆਰੇ ਖਾਲਸਾ ਜੀ, ਫਤਿਹ ਅਰਜ਼ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਵੱਡੀ ਪੱਧਰ ਦੇ ਲੱਖਾਂ ਦੀ ਤਾਦਾਦ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਸੰਗਤਾਂ ਆਈਆਂ, ਅਤੇ ਗੁਰਪੁਰਬ ਜੋ ਗੁਰੂ ਨਾਨਕ ਦੀ ਤੀਜੀ ਜੋਤ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਭੱਲੇ
ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਜਾਵੇ। ਐਸੇ ਮਹਾਨ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ, ਜੋ ਜਿਹਨੂੰ ਅਸੀਂ ਜਨਮ ਦਿਹਾੜਾ ਤਾਂ ਕਹਿ ਨਹੀਂ ਸਕਦੇ, ਪ੍ਰਕਾਸ਼ ਦਿਹਾੜਾ, ਅਵਤਾਰ ਦਿਹਾੜਾ ਕਹਿ ਸਕਦੇ ਹਾਂ। ਸੋ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜੋ ਅਵਤਾਰ ਦਿਹਾੜਾ ਬੜੀ ਵੱਡੀ ਪੱਧਰ 'ਤੇ ਮਨਾਇਆ ਗਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ਅਤੇ ਲੱਖਾਂ ਦਾਤੇ ਸੰਗਤਾਂ ਨੇ ਸ਼ਮੂਲਿਕ ਦਰਸ਼ਨ ਇਸ਼ਨਾਨ ਕਰਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕੀਤਾ। ਉੱਥੇ ਨਾਲ ਹੀ ਆਤਿਸ਼ਬਾਜ਼ੀ ਦੇ ਫੁੱਲ ਝੜੀਆਂ ਵਾਂਗ ਦੇਖਣ ਨੂੰ ਨਜ਼ਾਰਾ ਵੇਖਿਆ, ਲੋਕੇ ਕੀ ਦ੍ਰਿਸ਼ ਸੀ। ਅਤੇ ਔਰ ਦੀਪਮਾਲਾ ਸੰਗਤੋਂ ਬੜੀ ਵੱਡੀ ਪੱਧਰ 'ਤੇ ਹਰ ਵਾਰੀ ਹੀ ਦੀਪਮਾਲਾ ਕੀਤੀ ਜਾਂਦੀ ਹੈ, ਦੀਪਮਾਲਾ ਹੋਈ ਅਤੇ ਉਹ ਆਪ ਜੀ ਨੂੰ ਇਤਿਹਾਸ ਬਾਰੇ ਜੇ ਜਾਣਕਾਰੀਏ ਦਿੱਤੀਏ ਦੱਸੀਏ ਤਾਂ ਬਹੁਤ ਮਨ ਹੈਰਾਨ ਹੁੰਦਾ। ਬੜੇ ਕਰਤੱਵ ਕੀਤੇ, ਬੜੇ ਚੋਜ ਕੀਤੇ ਗੁਰੂ ਅਮਰਦਾਸ ਜੀ ਨੇ। ਗੁਰੂ ਅਮਰਦਾਸ ਜੀ ਨੇ ਸਤੀ ਦੀ ਜਿਹੜੀ ਘੁੰਡ ਦੀ ਰਸਮ ਸੀ ਉਹ ਬੰਦ ਕੀਤੀ, ਅਤੇ ਜੋ ਉਸ ਸਮੇਂ ਗੁਰੂ ਰਾਮਦਾਸ ਜੀ ਦਾ ਜਿਸ ਵੇਲੇ ਨਹੀਂ ਸੀ ਪ੍ਰਕਾਸ਼, ਉਹ ਤੋਂ ਪਹਿਲਾਂ ਜੋ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਹੀ ਵਿਆਹ ਹੁੰਦੇ ਸਨ, ਆਨੰਦ ਕਾਰਜ ਹੁੰਦੇ ਸਨ। ਸੋ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਸੰਨ ਸਾਹਿਬ ਬਸਰ ਕੇ ਗਿੱਲਾ ਵਿਖੇ ਹੋਇਆ। ਆਪ ਸਰਬੱਤ ਸੰਗਤ ਨੂੰ ਧੰਨ ਧੰਨ। ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਬੇਅੰਤ ਬੇਅੰਤ ਮੁਬਾਰਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।